ਆਪਾਂ ਚੱਲੇ ਆ ਮੋੜ ਹੁਣ ਤੇ ਬੋਵੀ ਦਾ ਆਇਆ ਸੀ ਫੋਨ ਉਹਦੀ ਗੱਡੀ ਦੇ ਵਿੱਚ ਟਰੈਕਟਰ ਮਾਰਿਆ ਕਿਸੇ ਨੇ ਤੇ ਕਹਿੰਦਾ ਉਹ ਫੀਲਿੰਗ ਲਈ ਜਾਂਦਾ ਗਾ ਹੁਣ ਤੇ ਆਪਾਂ ਚੱਲਦੇ ਹਾਂ ਦੇਖਦੇ ਹਾਂ ਕਿੰਨੀ ਕੀ ਫੀਲਿੰਗ ਲੈਂਦਾ ਉਹ ਤੇ ਚਲੋ ਨੁਕਸਾਨ ਨਾ ਹੋਇਆ ਹੋਵੇ ਰੱਬ ਕਰਿਆ ਹੋਵੇ ਪਹੁੰਚ ਕੇ ਤੁਹਾਨੂੰ ਦਿਖਾਉਣਾ ਕੀ ਮੁੱਦਾ ਗਾ ਚੱਲਦੇ ਹਾਂ ਆਪਾਂ ਮੋੜ ਮਿਲਦੇ ਤੁਹਾਨੂੰ ਪਹੁੰਚ ਕੇ ਅੱਜ ਬੋਵੀ ਦੀ ਗੱਡੀ ਦਾ ਹੋ ਗਿਆ ਐਕਸੀਡੈਂਟ ਹੋਰ ਤੇ ਬੋਵੀ ਹੈਗਾ ਹੁਣ ਟੈਨਸ਼ਨ 'ਚ ਹੋਰ ਕਿਆ ਬੋਵੀ ਫੋਨ ਕਹਿੰਦਾ ਮੈਂ ਵੀ ਫਰੀ ਹੋ ਗਿਆ ਘਰ ਹੀ ਹਾਂ ਅਤੇ ਚਲੋ ਮਿਲਦੇ ਹਾਂ ਮਾਸਟਰ ਕੋਲ ਪਹੁੰਚ ਕੇ ਹਾਂਜੀ ਮਾਸਟਰ ਜੀ ਲਓ ਜੀ ਆਪਾਂ ਪਹੁੰਚ ਗਏ ਮਾਸਟਰ ਦੇ ਘਰੇ ਹੋਰ ਕਣਕ ਵਢਾਉਣੀ ਸੀ ਟੱਕਰ ਤਾਂ ਹਾਂ ਹਾਂ ਉਹ ਮੈਂ ਬਾਹਰ ਗਿਆ ਹੋਇਆ ਸੀ ਦੋ ਤਿੰਨ ਦਿਨ ਹੋ ਗਏ ਨਹੀਂ ਹਜੇ ਇਹਨੂੰ ਚੜ੍ਹਨ ਕਿੱਥੇ ਦਿੰਦੇ ਜਹਾਜ਼ ਸੈੱਟ ਗਿਆ ਬਾਹਰ ਹੋਏ ਬਠਿੰਡੇ ਬਠਿੰਡੇ ਆਪਾਂ ਨੂੰ ਇੱਕ ਦੋ ਕੰਮ ਨੇ ਉਹ ਕਰ ਲਈਏ ਆਪਾਂ ਉਸ ਤੋਂ ਬਾਅਦ ਆਪਾਂ ਫਿਰੀ ਆ ਕਿਆ ਮਾਸਟਰ ਅੱਜ ਬੜੇ ਟਾਈਮ ਬਾਅਦ ਮਿਲੇ ਆਪਾਂ ਹੋ ਗਏ ਹਨਾ ਪੰਜ ਛੇ ਦਿਨ ਹਫ਼ਤਾ ਹੀ ਹੋਣ ਵਾਲਾ ਯਾਰ ਮੈਨੂੰ ਮਿਲਦਾ ਮੈਂ ਤਾਂ ਰੋਜ਼ ਹੀ ਮਿਲਦਾ ਨਹੀਂ ਮੈਂ ਬਾਹਰ ਗਿਆ ਹੋਇਆ ਸੀ ਨਾ ਤਾਂ ਕਰਕੇ ਜੀਰੀ ਲਾਉਣ ਗਿਆ ਸੀ ਜੀਰੀ ਸਰਕਾਰ ਨੇ ਉਹਨਾਂ ਦਾ ਬੰਨ ਤਾ ਵੀ ਇਦੋਂ ਵੱਧ ਕੋਈ ਪਿੰਡ ਦੇ ਵਿੱਚੋਂ ਲੈ ਨੀ ਸਕਦਾ ਕਿੰਨਾ ਬੰਨਿਆ ਗਾ 3500 ਉਹ ਤਾਂ ਮਤੇ ਪਿੰਡਾਂ ਦੇ ਵਿੱਚ ਤਾਂ ਮਤੇ ਪਈ ਜਾਂਦੇ ਆ ਕੀ ਵੀ 6000 ਤੋਂ ਘੱਟ ਲੈਣਾ ਨੀ ਬਾਹਰਲਾ ਬੰਦਾ ਆਊਗਾ ਤਾਂ ਜੇ ਕੋਈ ਝੋਨਾ ਲਵਾਉਣਾ ਚਾਹੁੰਦਾ ਬਾਹਰਲੇ ਬੰਦੇ ਤੋਂ ਤਾਂ ਉਹ ਕਹਿੰਦੇ 10000 ਰੁਪਇਆ ਬਾਹਰਲੇ ਬੰਦੇ ਤੋਂ ਵੀ ਪਹਿਲਾਂ ਪਿੰਡ ਵਾਲਿਆਂ ਸਕਿਉਰਟੀ ਲਊਗਾ ਹਾਂ ਸਕਿਉਰਟੀ ਦੇਣੀ ਹੁਣ ਸਾਡੇ ਤੋਂ ਸਕਿਉਰਟੀ ਲਿਆ ਕਰੋਗੇ ਬਾਹਰਲੇ ਬੰਦੇ
ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਸਹੀ ਗੱਲ ਸਾਰਾ ਕੁਛ ਮਜੀਠੀਏ ਨੇ ਕਰਵਾਇਆ ਕਿਉਂ ਮਜੀਠੀਏ ਨੇ ਸਰਕਾਰ ਤਾਂ ਉਹਦੀ ਮਜੀਠੀਏ ਸਪੈਸ਼ਲ ਵੀ ਅੰਦਰੋਂ ਸਰਕਾਰ ਚੱਲਦੀ ਹੈ ਇਹ ਮਜੀਠੀਏ ਦੇ ਗਾਣਾ ਕੱਢਿਆ ਸਰਕਾਰ ਇਸ ਟਾਈਮ ਨੇ ਉਹ ਕਹਿੰਦੇ ਨਾ ਵੀ ਐਮ ਐਸ ਪੀ ਦੇ ਇੰਨਾ ਐਮ ਐਸ ਪੀ ਦੋ ਐਮ ਐਸ ਪੀ ਉਹਨੂੰ ਪੁੱਛ ਕੇ ਆਉਂਦੇ ਵੀ ਕਿੰਨਾ ਦਈਏ ਬਾਈ ਉਹ ਕਹਿੰਦਾ ਇੰਨਾ ਜੈਸ ਕਰ ਦੋ ਫੁੱਦੂ ਪੰਪ ਤੋਂ ਤੇਲ ਪਵਾਏਗਾ ਬਟਨ ਲਵਾਇਆ ਹੋਏਗਾ ਉਹੀ ਬਟਨ ਛੱਡਦੇ ਨੇ ਬੋਲ ਪਏ ਅੱਛਾ ਸੋਚ ਤੇਲ ਵਾਸਤੇ ਗੂਗਲ ਪੇ ਚੱਲਦਾ ਇੱਕ ਬੰਦਾ ਛੱਡ ਜਾਈ ਕੁਛ ਨੀ ਤੈਨੂੰ ਪੰਪ ਤੇ ਲਾ ਜਾਂਗੇ ਆਉਂਦੇ ਚੜਾਣਾਂਗੇ ਮੈਨੂੰ ਦੇਖਦੇ ਤੇਰੇ ਨਾਲ ਕਿੰਨੇ ਤੇਲ ਪਾਉਣਗੇ ਟੈਂਕੀ ਫੁੱਲ ਮੇਰੇ ਨਾਲ ਤੇ ਕੁਛ ਨੀ ਪਾਉਣਾ ਇਹਨਾਂ ਨੇ ਇਹਦੇ ਨਾਲ ਤੇ ਲਾਂਤਾ ਪਾਉਣੀ ਸਹੀ ਗੱਲ ਆ ਫਿਰ ਲਾਂਤ ਹੀ ਪੈਣੀ ਹੈ ਜਿਹੜੀਆਂ ਜੂਠਾਂ ਨੇ ਆਪਣੇ ਨਾਲ ਹੁੰਦੀਆਂ ਸੀ ਜਿਹੜੀਆਂ ਆਪਣੇ ਪੈਰਾਂ ਚ ਬਹਿੰਦੀਆਂ ਸੀ ਤੇ ਉਹਨਾਂ ਨੂੰ ਅੱਜ ਕੱਲ ਖੰਭ ਲੱਗਿਆ ਹੈਗਾ ਨੇ ਕਿਉਂ ਮਾਸਟਰ ਖੰਭ ਲੱਗਿਆ ਹੈ ਤੇ ਦੂਸਰੀ ਗੱਲ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਭੈਣ ਜੋ ਕਿਸੇ ਟਾਈਮ ਸਾਡੀਆਂ ਤੁਸੀਂ ਸਿਫਤਾਂ ਨਹੀਂ ਕਰਦੇ ਥੱਕਦੇ ਸੀ ਅੱਜ ਤੁਹਾਨੂੰ ਖੰਭ ਲੱਗਿਆ ਨਵੇਂ ਮਿਲ ਜਾਣ ਜਦੋਂ ਪ੍ਰਾਹੁਣੇ ਕਹਿੰਦੇ ਤੇ ਉਹ ਗੱਲਾਂ ਸਾਡੀ ਪਿੱਛ ਪਿੱਛੇ ਗੱਲਾਂ ਕਰਦੇ ਆ ਠੀਕ ਹੈ ਸਾਹਮਣੇ ਆਉਣ ਦੀ ਉਹਨਾਂ ਦੀ ਸਾਲਿਆਂ ਦੀ ਔਕਾਤ ਨਹੀਂ ਹੁੰਦੀ ਤੇ ਉਹ ਲੋਕਾਂ ਕੋਲ ਕਦੇ ਕੁਛ ਕਹਿਣਗੇ ਕਦੇ ਕੁਛ ਕਹਿਣਗੇ ਜਦੋਂ ਅਸੀਂ ਕੋਲ ਵਗ ਜਾਂਗੇ ਅਸੀਂ ਸਾਹਮਣੇ ਹੁੰਦੇ ਹਾਂ ਤੇ ਉਦੋਂ ਫਿਰ ਉਹੀ ਗੱਲ ਪੈਰੀ ਹੱਥ ਲਾਉਣ ਵਾਲੀਆਂ ਆ ਜਾਂਦੀਆਂ ਹਨਾ ਵੀ ਯਾਰ ਮਾਸਟਰ ਆਪਾਂ ਇਹ ਗੱਲ ਕਹਿਣੀ ਆ ਵੀ ਜਿਹੜੀ ਗੱਲ ਆ ਕੋਈ ਆਪਣੇ ਬਾਰੇ ਆ ਜਾਂ ਆਪਾਂ ਕਿਸੇ ਨੂੰ ਮਾੜਾ ਕਹਿੰਦੇ ਆਪਣੇ ਮੂੰਹ ਤੇ ਕਰੋ ਸਹੀ ਆ ਤੇ ਸਾਰੇ ਮਲੰਗਾਂ ਨੂੰ ਕਿਸੇ ਟਾਈਮ ਇਹਨਾਂ ਦੀ ਜੇਬ ਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਇਹਨਾਂ ਦੀ ਜੇਬ ਚ 20 ਰੁਪਈਆਂ ਤੋਂ ਵੱਧ ਰੁਪਈਆ ਨੀ ਹੁੰਦਾ ਸੀ ਕਦੇ ਉਹ ਇਹਨਾਂ ਦੇ ਘਰ ਦੇ ਸਿਰਫ ਇਹਨਾਂ ਨੂੰ ਇਹ ਦਿੰਦੇ ਹੁੰਦੇ ਸੀ ਵੀ ਤੁਸੀਂ ਖਰਚਾ ਗੱਲਾਂ ਟਿਕਟ ਦਾ ਕੱਟਣਾ ਕਈ ਵਾਰੀ ਨਾਈਟਰ ਜੇ ਕਹਿ ਦੇ ਇਹਨਾਂ ਦੀ ਪਹੁੰਚ ਉੱਥੇ ਅੱਜ ਵੀ ਉੱਥੇ 20 ਰੁਪਈਆਂ ਤੱਕ ਖੜੀ ਆ ਸਾਲਿਆਂ ਦੀ ਵੱਧ ਪਹੁੰਚ ਨੀ ਹੈਗੀ ਇਹਨਾਂ ਦੀ ਹੈ ਇਹਨਾਂ ਯੁਰਤ ਅੱਜ ਵੀ ਉੱਥੋਂ ਤੱਕ ਹੀ ਆ ਪਰ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਠੀਕ ਹੈ ਮਿਰਚਾਂ ਵੀ ਉਸੇ ਨੂੰ ਲੱਗਣੀਆਂ ਮੇਰੀ ਵੀਡੀਓ ਦੀਆਂ ਉਹ ਉਸੇ ਖੱਚਾ ਨੂੰ ਮੰਨ ਲਓ ਵੀ ਜਿਹੜੀਆਂ ਮੈਨੂੰ ਆਪਣੇ ਬਾਰੇ ਕੁਛ ਪਿੱਠ ਪਿੱਛੇ ਕਹਿਣੀਆਂ ਹੋਣੀਆਂ ਆਪਾਂ ਨੂੰ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਆਪਣਾ ਨਾ ਹੀ ਆਪਾਂ ਨੂੰ ਕਿਸੇ ਨੂੰ ਕੁਛ ਜਲਸੀ ਆ ਠੀਕ ਹੈ ਵੀ ਆਪਣਾ ਯਾਰ ਅੱਜ ਵੀ ਭਰਾ ਆਪਾਂ ਸਾਰੇ ਆਪਣਾ ਪ੍ਰੇਮ ਆ ਤੁਹਾਡੇ ਨਾਲ ਪਰ ਯਾਰ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਟਾਈਮ ਤੁਸੀਂ ਮੈਨੂੰ ਪਿਓ ਕਹਿਣੀਆਂ ਹੁੰਦੀਆਂ ਸੀ ਸਾਰੀ ਇਹ ਖੱਚੋ ਤਾਂ ਜੇ ਅੱਜ ਮੈਂ ਕੋਈ ਸੁਧਰਨਾ ਚਾਹੁੰਦਾ ਮੈਨੂੰ ਸੁਧਰ ਜਾਣ ਦਿਓ ਯਾਰ ਮੈਂ ਤੁਹਾਡਾ ਸਾਰਾ ਕੁਛ ਦੇਣਾ ਥੋੜ੍ਹੀ ਆ ਅਤੇ ਤੁਸੀਂ ਮੇਰੇ ਬਾਰੇ ਪਿੱਠ ਪਿੱਛੇ ਗੱਲਾਂ ਕਰੀ ਜਾਂਦੇ ਹੋ ਸਾਲੇ ਜੇ ਕਦੇ ਮਿਲ ਗਏ ਮੈਂ ਝੰਬਣੇ ਬਹੁਤ ਆ ਤੁਹਾਨੂੰ ਮਟਰ ਝੰਬਾਂਗੇ ਇਹਨਾਂ ਨੂੰ ਸਾਲਿਆਂ ਨੂੰ ਪਰ ਆਪਾਂ ਕਹਿੰਦੇ ਵੀ ਯਾਰ ਕਾਹਦੇ ਪਿੱਛੇ ਸਾਰਾ ਆਪਾਂ ਇਕੱਠੇ ਖਾਧਾ ਪੀਤਾ ਯਾਰ ਸਾਲਿਓ ਮੈਂ ਤੁਹਾਨੂੰ ਪਾਲਿਆ ਗਾ ਪਾਲਿਆ ਮਾਸਟਰ ਆਪਾਂ ਇਹਨਾਂ ਨੂੰ ਤੈਨੂੰ ਪਤਾ ਸਾਰੀ ਗੱਲ ਇਹਨਾਂ ਦੀ ਔਕਾਤ ਹੀ ਸਾਲਿਆਂ ਦੀ ਛੋਟੀ ਹੁੰਦੀ ਹੈ ਨਾ ਸੋਚ ਛੋਟੀ ਫਿਰ ਇਹ ਨੰਗ ਮਲੰਗ ਰੱਬ ਉਹ ਜਿਹੀ ਜਗ੍ਹਾ ਤੇ ਇਹਨਾਂ ਨੂੰ ਸਾਲਿਆਂ ਨੂੰ ਦਲਿਆਂ ਨੂੰ ਰੱਖਦਾ ਜਿੱਥੋਂ ਤੱਕ ਇਹਨਾਂ ਦੀ ਸੋਚ ਹੋਵੇ ਰੱਬ ਨੇ ਕਿਉਂ ਆਪਾਂ ਨੂੰ ਲੇਬਰ ਆਪਾਂ ਤੋਂ ਵੱਡੇ ਵੀ ਉੱਚੇ ਵੀ ਬੈਠੇ ਆਪਾਂ ਤੋਂ ਨੀਵੇਂ ਵੀ ਬੈਠੇ ਸਾਲਾ ਉਹ ਜਿਹਾ ਲੇਬਰ ਰੱਖਿਆ ਹੁੰਦਾ ਹਨਾ ਜੇ ਸਾਰੇ ਇੱਕੋ ਜੇ ਕਰ ਦੇਣ ਤਾਂ ਬੰਦਾ ਔਕਾਤ ਹੀ ਭੁੱਲ ਜਾਂਦਾ ਨਾ ਸਾਲੇ ਤੁਹਾਨੂੰ ਮੈਨੂੰ ਤੁਹਾਡੀ ਔਕਾਤ ਦਾ ਪਤਾ ਕਿੱਡੀ ਕੁ ਤੁਸੀਂ ਔਕਾਤ ਦੇ ਮਾਲਕ ਹੋ ਠੀਕ ਹੈ ਜੇ ਤੁਹਾਡੇ ਕੋਈ ਦਿਲ ਜਾਂ ਦਿਮਾਗ ਦੇ ਵਿੱਚ ਕੋਈ ਗੱਲ ਆ
ਤੁਹਾਡਾ ਪ੍ਰਾਹੁਣੇ ਨੂੰ ਤੁਸੀਂ ਸਿੱਧਾ ਫੋਨ ਲਾ ਲਓ, ਮੈਨੂੰ ਕਰ ਲਓ ਗੱਲ ਮੇਰੇ ਨਾਲ, ਮੈਂ ਚੱਕੂ ਹਾਂ, ਠੀਕ ਹੈ, ਜਿੱਥੇ ਕਹੋਗੇ ਮੈਂ ਆਊਂਗਾ। ਪਰ ਬਾਈ ਜਾਣ ਕੇ ਇੱਕ ਗੱਲ ਆ, ਜੇਕਰ ਮੇਰੇ ਧੱਕੇ ਜਾਣ ਕੇ ਮੈਂ ਝੰਬੂ ਬਾਹਰ ਸੁਣੂ, ਠੀਕ ਆ, ਪਹਿਲਾਂ ਵਾਰਨਿੰਗ ਦੇ ਤੀ, ਮੁੜ ਕੇ ਨਾ ਮੈਨੂੰ ਕਿਹੋ ਵੀ ਯਾਰ ਆਹ ਗੱਲ ਕਰਤੀ, ਵੀ ਸਾਡੇ ਤਾਂ ਕੋਈ ਦਰਜਿਆਂ ਦਿਮਾਗ 'ਚ ਹੀ ਨਹੀਂ ਸੀ ਕੋਈ ਗੱਲ। ਪਰ ਮੇਰੇ ਕੋਲ ਤੁਹਾਡੀਆਂ ਸਾਰੀਆਂ ਗੱਲਾਂ ਆ ਜਾਂਦੀਆਂ ਨੇ, ਪਰ ਬਾਈ ਜਾਣ ਕੇ ਮੈਂ ਨਹੀਂ ਤੁਹਾਡੇ ਬਾਰੇ ਮਾੜਾ ਕਹਿੰਦਾ, ਪਰ ਮੇਰੀ ਪਿੱਠ ਪਿੱਛੇ ਨਾ ਗੱਲ ਕਹੋ ਯਾਰ, ਠੀਕ ਹੈ, ਕਿਉਂ ਮੈਨੂੰ ਵੀ ਪਤਾ ਤੁਹਾਡੀ ਔਕਾਤ ਤਾਂ ਹੈ ਨਹੀਂ ਮੇਰੇ ਮੂਹਰੇ ਗੱਲ ਕਰਨ ਦੀ, ਵੀ ਤੁਸੀਂ ਮੇਰੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਲਓ, ਕਿਉਂ ਜਦੋਂ ਤੁਸੀਂ ਮੇਰੇ ਪੈਰ ਚਾੜਦੇ ਹੁੰਦੇ ਸੀ ਮੇਰੀ ਜੁੱਤੀ ਸਾਫ਼ ਕਰ ਦਿੰਦੇ ਸੀ ਤੁਸੀਂ, ਉਹ ਉਨੀ ਕੁ ਔਕਾਤ ਦੀ ਮਾਲਕ ਅੱਜ ਹੋ ਤੁਸੀਂ, ਠੀਕ ਹੈ। ਚਲੋ ਮੈਂ ਵਾਰਨਿੰਗ ਦੇਣੀ ਸੀ ਦੇ ਤੀ, ਅਤੇ ਹੁਣ ਆਪਾਂ ਮਿਲਦੇ ਹਾਂ ਬਠਿੰਡੇ ਪਹੁੰਚ ਕੇ। ਤੁਹਾਨੂੰ ਲੋ ਜੀ ਬੋਬੀ ਦਾ ਡਿੱਗ ਪਿਆ ਫੋਨ, ਲੱਭ ਗਿਆ ਕਹਿੰਦੇ, ਲੱਭ ਗਿਆ ਇੱਧਰ ਦੀ ਪਾਣਾ ਹੱਥ ਮਿਲ ਗਿਆ। ਲਓ ਲਓ ਜੀ ਗੱਡੀ ਕਰਤੀ ਆਪਾਂ ਪਾਰਕ, ਅਤੇ ਆਪਾਂ ਆ ਗਏ ਗੋਲ ਡੱਗੀ ਕੋਲ, ਆਪਾਂ ਨੂੰ ਹੈਗਾ ਗੋਲ ਡੱਗੀ ਕੋਲ ਕੰਮ, ਉਹ ਕਰ ਲਈਏ ਆਪਾਂ, ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਮਾਸਟਰ ਕਹਿੰਦਾ ਵੀਡੀਓ ਬਣਾਉਣੀਆਂ ਪੈਂਦੀਆਂ ਨੇ, ਕਹਿੰਦਾ ਫੋਨ ਹੱਥ 'ਚ ਫੜਨਾ ਪੈਂਦਾ, ਔਖੇ ਹੁੰਦੇ ਹਾਂ, ਅਤੇ ਗਿੰਬਲ ਲੈ ਲਈਏ। ਟੀਮ ਆਪਣੀ ਹੌਲੀ ਹੌਲੀ ਸਮਾਨ ਪੂਰਾ ਕਰ ਰਹੀ ਹੈ, ਥੋੜ੍ਹਾ ਥੋੜ੍ਹਾ ਗਿੰਬਲ ਲੈ ਲਈ ਸ਼ਰਮੇ ਨੇ। ਮਾਸਟਰ ਜੀ ਹਾਂਜੀ, ਬਣਾਇਆ ਕਰਾਂਗੇ ਫੋਨ ਆਪਾਂ, ਚਲੀਏ ਹੁਣ ਆਪਾਂ। ਬਹੁਤ ਵਧੀਆ ਵਧੀਆ, ਓਕੇ ਆ, ਓਕੇ ਸਹੀ। ਲਓ ਜੀ ਆਪਾਂ ਚੱਲਦੇ ਹਾਂ ਗੱਡੀ ਕੋਲੇ, ਹੁਣ ਸਮਾਨ ਲੈ ਲਿਆ ਆਪਾਂ, ਗੱਡੀ ਹੈ ਸਾਡੇ ਕੋਲੇ, ਗੱਡੀ ਹੈ ਸਾਡੇ ਕੋਲੇ, ਅਸੀਂ ਚੱਲੇ ਗੱਡੀ ਕੋਲੇ। ਆਪਣਾ ਬੱਚਾ ਹੈ ਹਨਾ, ਆਹ ਆਪਣਾ ਬੱਚਾ ਹੈ, ਹਾਂ ਹਿਲ ਕੋਸਟਰ ਤਾਂ ਆਹ ਲੈ ਜੂਗਾ, ਬਟ ਇਹ ਵਧੀਆ ਪਰਫੈਕਟ ਹੈ ਯਾਰ, ਕਲਰ ਵੀ ਸੋਹਣਾ ਅਤੇ ਕਲੈਕਸ਼ਨ ਵੀ ਅੱਛੀ ਹੈ। ਤਾਂ ਇਹ ਰੱਖ ਲਓ ਭਰਾ, ਜਦੋਂ ਖਬਰਾਂ 'ਚ ਆਉਂਦਾ ਤੇਰਾ ਨਾਮ ਕਦੇ ਕਿਸੇ ਦੀ ਚੋਇਸ ਦਾ ਵੀ ਹੋਣਾ ਚਾਹੀਦਾ। ਮੈਂ ਲੈ ਟੋਪੀ ਲੈ ਲੈ ਕੈਪ ਲੈਣਾ ਕੇ ਕੈਪ ਲੈਣੀ ਹੈ ਤੇਰੇ ਵਾਸਤੇ ਲਿਆ ਮੈਂ ਸਿਲੈਕਟ ਕਰ ਲਿਆ ਬਾਈ, ਮੈਂ ਤਾਂ ਲੈ ਲਿਆ ਤੇਰੇ ਵਾਸਤੇ ਲੈ ਲਿਆ। ਇਹਨਾਂ ਦੋਨਾਂ 'ਚ ਤੂੰ ਕਿਹੜਾ ਲੈਣਾ? ਬਸ ਦੋ ਸਿਲੈਕਟ ਕੀਤੇ ਹੈ, ਬਲੈਕ ਲੈਣਾ, ਸ਼ੋਰ ਨੂੰ ਆਦਾ ਨਹੀਂ ਲੈਣਾ, ਫਿਰ ਮੈਂ ਲੈ ਲਾ
ਇਹ ਕਲਰ ਮੈਂ ਆਜ ਵਾਸਤੇ ਚੂਜ਼ ਕਰਨਾ ਮੇਰੇ ਵਾਸਤੇ ਆਪਣਾ ਅਸੀਂ ਛੱਤਾਂ ਸਾਰੇ ਸੈਟੋ ਡੀਆ ਬੰਦ ਕਰ